ਜ਼ਮੀਨੀ ਵਿਵਾਦ ਨੂੰ ਲੈ ਕੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ ਸ਼ਰੇਆਮ ਖੇਤਾਂ 'ਚ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਡਾਂਗਾਂ ਇੱਟਾਂ ਤੇ ਤਲਵਾਰਾਂ ਨਾਲ ਹਮਲੇ ਕੀਤੇ ਗਏ ਜਿਸ ਦੀ ਵੀਡੀਓ ਨਾਲ ਖੜੇ ਲੋਕਾਂ ਵੱਲੋਂ ਬਣਾ ਲਈ ਗਈ। ਜ਼ਮੀਨ ਦੇ ਮਾਲਕ ਨੇ ਦੱਸਿਆ ਕਿ ਇਹ ਜ਼ਮੀਨ ਉਸਦੀ ਮਾਲਕੀ ਜ਼ਮੀਨ ਹੈ ਜਿਸ ਤੇ ਹਥਿਆਰਾਂ ਦੇ ਬਲ ਤੇ ਉਸਦੇ ਹੀ ਸ਼ਰੀਕੇ ਵੱਲੋਂ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਸਬੰਧ 'ਚ ਉਸਨੇ ਪੁਲਿਸ ਨੂੰ ਵੀ ਜਾਣੂ ਕਰਵਾਇਆ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਗੁੰਡਾਗਰਦੀ ਦੀਆਂ ਇਹ ਤਸਵੀਰਾਂ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਾਹਿਬ ਦੇ ਪਿੰਡ ਛਾਂਗਾ ਰਾਏ ਉਤਾੜ ਤੋਂ ਸਾਹਮਣੇ ਆਈਆਂ ਨੇ। ਜ਼ਮੀਨੀ ਵਿਵਾਦ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਪੀੜਤ ਪ੍ਰੀਤਮ ਕੌਰ ਨੇ ਦੱਸਿਆ ਕਿ ਉਹਨਾਂ ਦੀ ਮਾਲਕੀ ਜ਼ਮੀਨ ਤੇ ਕੁਝ ਲੋਕ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਨੇ। ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਲਟਾ ਉਹਨਾਂ ਦੇ ਘਰ ਆ ਕੇ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਤੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਗਈ। ਫਿਲਹਾਲ ਪੀੜਤ ਪਰਿਵਾਰ ਨੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਮੇਰਾ ਨਾਮ ਪ੍ਰੀਤਮ ਕੌਰ ਜੀ, ਪਿੰਡ ਛਾਂਗਾ ਰਾਏ ਉਤਾੜ, ਥਾਣਾ ਗੁਰੂ ਹਰ ਸਾਹਿਬ, ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ। ਕੀ ਹੋਇਆ, ਕੀ ਹੈ ਤੁਹਾਡਾ? ਸਾਡੀ 5 ਕਨਾਲੀ ਸਰ ਜ਼ਮੀਨ ਹੈ ਤੇ ਉਹ ਅਸੀਂ ਕੋਰਟ ਵੱਲੋਂ ਵੀ ਸਾਰੇ ਕੇਸ ਜਿੱਤ ਲਏ, ਸਾਡੇ ਹੱਕ 'ਚ ਨੇ, ਮੇਰੇ ਘਰ ਵਾਲੇ ਦੇ ਨਾਂ ਹੈ ਜ਼ਮੀਨ, ਜੀਤੋ ਬਾਈ ਪਤਨੀ ਸੰਤਾ ਸਿੰਘ ਦੀ, ਧੱਕਾ ਕਰ ਰਹੀ ਆਪਦੀ ਜ਼ਮੀਨ ਉਹਨੇ ਵੇਚ ਕੇ ਖਾ ਲਈ, ਉਹਦੇ ਕੋਲ ਹੁਣ ਬਾਕੀ ਕੁਛ ਬਚਿਆ ਨਹੀਂ। ਹੁਣ ਧੱਕੇ ਨਾਲ ਅੱਗੋਂ ਕਿਸੇ ਨੂੰ ਪਾਰਟੀਬਾਜ਼ੀ ਬਣਾ ਕੇ ਨਾਲ ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਇੱਕ ਬਲਵਿੰਦਰ ਸਿੰਘ, ਇਹਨਾਂ ਨੂੰ ਜੋੜਿਆ ਹੈ ਨਾਲ ਤੇ ਪੱਠੇ ਸਾਡੇ ਧੱਕੇ ਨਾਲ ਵੱਢ ਜਾਂਦੇ, ਜਵੀ ਪਕਾਵੀ ਸੀ ਤੇ ਪਕਾਵੀ ਵੱਢ ਕੇ ਲੈ ਗਏ ਨੇ। ਜੇ ਅਸੀਂ ਕਦੇ ਬੋਲਨੇ ਆ ਤੇ ਫਿਰ ਸਾਡੇ ਮਗਰ ਲੱਗ ਜਾਂਦੇ ਨੇ ਸਾਰੇ ਜਣੇ ਤੇ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਨੇ, ਮਾੜੇ ਮਾੜੇ ਬੜੇ ਮਾੜੇ ਮਾੜੇ ਸਾਨੂੰ ਬੋਲ ਬੋਲਦੇ ਨੇ ਮਾਵਾਂ ਧੀਆਂ। ਹਾਂਜੀ ਸਰ, ਹਾਂਜੀ ਸਰ, ਵੀਡੀਓ ਵੀ ਹੈਗੀ ਏ। 2 ਤਰੀਕ ਨੂੰ ਸਾਡੇ ਰਾਤ ਇਹਨਾਂ ਨੇ ਬੰਦੇ ਪਾਏ ਨੇ, ਆਪ ਵੀ ਨਾਲ ਆਇਆ, ਸੁਖਵਿੰਦਰ ਵੀ ਸੀ, ਬਲਵਿੰਦਰ ਵੀ ਸੀ, ਇਹ 4 ਜਣੇ ਨੇ, 4-5 ਜਾਣ ਪਛਾਤੇ ਸੀ ਜਿਹਨਾਂ ਦੀ ਸਾਨੂੰ ਪਛਾਣ। ਇਹ ਜਗ੍ਹਾ ਤੁਹਾਡੀ ਹੈ ਜਿਹੜੀ 5 ਕਨਾਲ? ਹਾਂਜੀ, ਜਗ੍ਹਾ ਸਾਡੀ, ਸਾਡਾ ਘਰ ਵੀ ਵਿੱਚ ਸਰ, ਤੇ ਆ ਕੀ ਇਹ ਸਾਡਾ ਜੱਜ ਵੱਲੋਂ ਸਟੇ ਵੀ ਹੋਇਆ ਸਾਡੇ ਹੱਕ 'ਚ। ਤੇ ਕੀ ਮੰਗ ਕਰਦੇ ਹੈਗੇ? ਅਸੀਂ ਸਰ ਮੰਗ ਕਰਨੇ ਆ, ਸਾਡੀ ਹੱਥ ਜੋੜ ਕੇ ਬੇਨਤੀ ਪ੍ਰਸ਼ਾਸਨ ਵੀ ਜਿਹੜੀ ਮੇਰੀ ਗੁੜੀਆ ਹੈ, ਕੱਲੀ ਹੈਗੀ ਸੀ ਘਰੇ 6 ਜੂਨ ਨੂੰ, ਤੇ ਅਸੀਂ ਇੱਥੇ ਫਿਰੋਜ਼ਪੁਰ ਆਏ ਹੋਏ ਸੀ ਤੇ ਨਰੇਗਾ ਵਾਲੇ ਸਾਡੇ ਘਰ ਦੇ ਕੋਲ ਕੰਮ ਕਰ ਰਹੇ ਸੀ ਤੇ ਜੀਤੋ ਬਾਈ, ਬਲਜੀਤ ਸਿੰਘ, ਛਿੰਦਰ ਸਿੰਘ, ਜੰਗੀਰੋ ਬਾਈ, ਇਹ ਕਿਤੇ ਆ ਕੇ ਸਾਡੇ ਰੁੱਖ ਪੱਟਣ ਲੱਗੇ ਨੇ, ਗੁੜੀਆ ਜਾ ਕੇ ਵੀਡੀਓ ਬਣਾਉਣ ਲੱਗੀ ਤੇ ਗੁੜੀਆ ਦੇ ਕੋਲ ਨਾਲੇ ਤਾਂ ਮੋਬਾਈਲ ਖੋਹ ਕੇ ਲੈ ਗਏ ਨੇ, ਨਾਲੇ ਉੱਥੋਂ ਖਿੱਚ ਕੇ ਘਰੋਂ ਖਿੱਚ ਕੇ ਖੇਤ ਵਿੱਚ ਲੈ ਗਏ ਨੇ, ਉੱਥੇ ਕਾਫੀ ਉਹਨੂੰ ਕੁੱਟਿਆ ਮਾਰਿਆ, ਵਾਲ ਖਿੱਲਰ ਗਏ ਨੇ, ਚੁੰਨੀ ਉਤਾਰ ਕੇ ਉਹਦੀ ਉਹਨੂੰ ਰੁੱਖ ਨਾਲ ਬੰਨਿਆ ਗਿਆ, ਬੰਨ ਕੇ ਉਹਦੇ ਪੈਰਾਂ ਤੇ ਦਸਤੇ ਮਾਰੇ ਗਏ ਨੇ, ਬੜਾ ਉਹਨਾਂ ਕੁੱਟਿਆ ਹੈ, ਕੁੱਟ ਕੁੱਟ ਕੇ ਕਹਿੰਦੇ ਤੁਸੀਂ ਆਖੋ ਅਸੀਂ ਜ਼ਮੀਨ ਨਹੀਂ ਲੈਨੇ ਆ, ਛੱਡ ਦੇਨੇ ਆ, ਤੇ ਮਾਂ ਪਿਓ ਨੂੰ ਆ ਜ਼ਮੀਨ ਛੱਡ ਦੇਈਏ, ਉਹ ਕਹਿੰਦੇ ਕੋਈ ਗੱਲ ਨੀ, ਮੈਨੂੰ ਮਾਰਨਾ ਮਾਰ ਦਿਓ, ਮੈਂ ਕੁਛ ਨੀ ਕਹਿਣਾ। ਫਿਰ ਨਰੇਗਾ ਵਾਲੇ ਆਏ ਨੇ, 8-10 ਬੰਦੇ ਬੁੜੀਆਂ ਚੁੱਗੇ ਮੇਹਰ ਸਿੰਘ ਦੇ, ਉਹ ਕੰਮ ਕਰ ਰਹੇ ਸੀ, ਉਹਨਾਂ ਦੇ ਕਹਿਣ ਤੋਂ ਉਹਨਾਂ ਨੇ ਨਹੀਂ ਛੱਡਿਆ, ਕੋਈ ਕੁਦਰਤੀ ਮੁਲਾਜ਼ਮ ਰੱਬ ਦਾ ਕੱਲਾ ਹੋਇਆ, ਗੱਡੀ ਤੇ ਜਾ ਰਿਹਾ ਸੀ ਘਰ ਦੇ ਕੋਲੋਂ, ਫਿਰ ਉਹਨੇ ਗੱਡੀ ਸਾਡੇ ਘਰ ਦੇ ਕੋਲ ਰੋਕੀ, ਫਿਰ ਜਾ ਕੇ ਗੁੜੀਆ ਨੂੰ ਛਡਾਇਆ ਹੈ, ਗੁੜੀਆ ਤੋਂ ਤੁਰਾ ਨਹੀਂ ਜਾਂਦਾ ਸੀ, ਫਿਰ ਅਸੀਂ ਜਦੋਂ ਸਾਨੂੰ ਜੱਟਾ ਸਿੱਖਾਂ ਦੇ ਘਰ ਨੇੜੇ ਨੇ, ਉਹਨਾਂ ਨੇ ਸੁਖਵਿੰਦਰ ਸਿੰਘ ਨੇ ਸਾਨੂੰ ਫੋਨ ਕਰਿਆ ਤੁਸੀਂ ਕਿੱਥੇ ਹੈਗੇ ਜੀ, ਅਸੀਂ ਕਿਹਾ ਅਸੀਂ ਫਿਰੋਜ਼ਪੁਰ ਗਏ, ਕਹਿੰਦੇ ਜਲਦੀ ਜਲਦੀ ਤੁਸੀਂ ਵਾਪਸ ਆ ਜਾਓ, ਤੁਹਾਡੀ ਗੁੜੀਆ ਨੂੰ ਕੁੱਟਿਆ ਬੜਾ ਨੇ, ਸੱਟਾਂ ਲੱਗੀਆਂ ਪਈਆਂ ਨੇ, ਉਹਦੇ ਤੋਂ ਤੁਰਿਆ ਨਹੀਂ ਜਾਂਦਾ ਸਰ। ਅਸੀਂ ਫਿਰ 112 ਤੇ ਬੜੀ ਕਾਲ ਕੀਤੀ, ਉਦੋਂ ਜਸਵਿੰਦਰ ਹੈਗਾ ਸੀ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਫਿਰ ਵੀਡੀਓ ਵੀ ਸਾਡੇ ਕੋਲ ਹੈਗੀ ਸਰ, ਫੋਟੋ ਵੀ ਸਾਡੇ ਕੋਲ ਹੈਗੇ ਨੇ, ਅਸੀਂ ਪੁਲਿਸ ਨੂੰ ਵਿਖਾਉਂਦੇ ਰਹੇ ਹਾਂ ਜਦ
ਹੋਣ ਦੀ ਦਰਖਾਸਤ ਜਿਹੜੀ ਮਿੰਦਰ ਸਿੰਘ ਕੋਲ ਸਾਡੇ ਬਿਆਨ ਵੀ ਹੋਏ ਹੋਏ ਨੇ, ਦਰਖਾਸਤ ਵੀ ਹੈ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਨੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ, ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਸਰ, ਕੀ ਨਾਮ ਹੈ ਤੁਹਾਡਾ? ਪ੍ਰੀਤਮ ਕੌਰ ਜੀ। ਮਸਲਾ ਜੀ, ਅਸੀਂ ਛਾਂਗਾ ਪਿੰਡ ਗੁਰੂ ਸਾਹਿਬ ਥਾਣਾ ਜੀ ਪੈਲੀ ਦਾ ਮਸਲਾ ਜੀ। ਵਿੱਚ ਮੇਰੇ ਮਕਾਨ ਨੇ, ਮੇਰੇ ਨਾਲ ਧੱਕਾ ਆਉਂਦਾ, ਫਸਲ ਮੇਰੀ ਵੱਢ ਕੇ ਸੁਖਵਿੰਦਰ ਸਿੰਘ, ਬਿੰਦਰ ਸਿੰਘ ਤੇ ਦੋ ਜੱਟਾਂ ਦੇ ਮੁੰਡੇ ਇਹ ਵੱਢ ਕੇ ਲੈ ਜਾਂਦੇ, ਧਮਕੀ ਦਿੰਦੇ ਨੇ, ਕਤਲ ਦਾ ਨਾਂ ਦਾ ਇਰਾਦਾ ਹੈ, ਸਾਨੂੰ ਮਾਰਨਾ ਚਾਹੁੰਦੇ ਨੇ, ਪੈਲੀ ਖੋਹਦੇ ਨੇ। ਹਾਂਜੀ, ਸਾਡੇ ਨਾਲ ਹੋਇਆ ਜੀ ਲੜਾਈ ਝਗੜਾ ਕਰਦੇ ਨੇ, ਭਰਜਾਈ ਮੇਰੀ ਗੁੰਡੇ ਕਲਦੀ ਹੋ ਗਏ ਸਾਰਿਆਂ ਨਾਲ ਰਲੇ ਨੇ, ਸਾਨੂੰ ਮਾਰਨਾ ਚਾਹੁੰਦੇ ਨੇ, ਪੈਲੀ ਖੋਹਦੇ ਨੇ ਸਾਡੇ ਤੋਂ। ਤੁਹਾਡੀ ਪੈਲੀ ਤੇ ਕੀ ਹੋਇਆ? ਹੈ ਪੈਲੀ ਤੇ ਜੀ ਪੱਠੇ ਬੀਜੇ ਨੇ, ਪੱਠੇ ਵੱਢ ਕੇ ਲੈ ਜਾਂਦੇ ਨੇ ਧੱਕੇ ਨਾਲ ਤੇ ਬੋਲਦੇ ਹਾਂ ਤੇ ਸਾਨੂੰ ਗਲ ਪੈ ਜਾਂਦੇ ਨੇ। ਅਸੀਂ ਅੰਦਰ ਵੜਜੀ ਦਾ, ਇੱਕ ਮੇਰੀ ਗੁੜੀਆ ਹੈ ਤੇ ਇੱਕ ਮੇਰੇ ਘਰ ਦੇ ਤੇ ਇੱਕ ਮੈਂ ਹਾਂ, ਆ ਕਿਰਪਾਨ ਲੈ ਤੇ ਮਗਰ ਲੱਗ ਜਾਂਦੇ ਨੇ ਤੇ ਬੋਏ ਬਾਰੀਆਂ ਭੰਨ ਗਏ ਨੇ ਸਾਡੇ ਜੀ। ਕਿੰਨੀ ਜ਼ਮੀਨ ਹੈਗੀ ਹੈ? 5 ਕਨਾਲਾਂ ਜੀ। ਤੇ ਇਹ ਤੁਹਾਡੀ ਆਪਦੀ ਹੈ? ਆਪਦੀ ਹੈ ਜੀ। ਤੁਹਾਡੇ ਨਾਂ ਤੇ ਬੋਲਦੀ ਹੈ? ਹਾਂ, ਮੇਰਾ ਨੰਗਰਪ੍ਰੀਤ ਸਿੰਘ ਦੇ ਨਾਲ। ਅੱਛਾ, ਤੇ ਕੀ ਮੰਗ ਕਰਦੇ ਹੈਗੇ ਹੋ? ਮੰਗ ਜੀ ਇਹਨਾਂ ਤੇ ਜੀ ਪਰਚਾ ਦਰਜ ਹੋਣਾ ਚਾਹੀਦਾ, ਇਹ ਜਿਹੜੇ ਹਨ ਮਾਰਨ ਆਉਂਦੇ ਨੇ, ਕੋਈ ਲੈਣਾ ਨਹੀਂ ਦੇਣਾ ਨਹੀਂ ਇਹਨਾਂ ਨਾਲ ਸਾਡਾ। ਹਾਂਜੀ, ਬਾਹਰੋਂ ਬੰਦੇ ਨੇ, ਕਿਲੋਮੀਟਰ ਤੋਂ ਆਉਂਦੇ ਨੇ ਚੱਲ ਕੇ। ਤੁਹਾਡੇ ਕੋਲ ਵੀਡੀਓ ਵੀ ਹੈਗੀ? ਹਾਂ, ਵੀਡੀਓ ਵੀ ਹੈਗੀਆਂ ਜੀ, ਤੋੜ ਪੰਨ ਵੀ ਹੈਗੀ ਆ ਜੀ। ਕੰਪਲੇਂਟ ਕੀਤੀ ਤੁਸੀਂ? ਹਾਂ, ਕੰਪਲੇਂਟ ਬਹੁਤ ਕੀਤੀ ਹੈ ਜੀ ਤੇ ਅੱਗੋਂ ਉਲਟੇ ਕਹਿੰਦੇ ਨੇ ਵੀ ਤੁਹਾਡੇ ਤੇ ਪਰਚਾ ਕਰਨੇ ਦਰਜ, ਅਸੀਂ ਗਰੀਬ ਬੰਦੇ ਆ, ਉਹ ਪੈਸੇ ਵਾਲੇ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਵਿੰਦਰ ਸਿੰਘ ਜੀ। ਆ ਜਿਹੜਾ ਮਸਲਾ ਤੁਸੀਂ ਮੇਰੇ ਧਿਆਨ 'ਚ ਹੁਣ ਲਾਇਆ ਹੈਗਾ, ਆਹ ਮਸਲੇ ਦੀ ਜਿਹੜੀ ਹੈਗੀ ਵੈਰੀਫਿਕੇਸ਼ਨ DSP ਗੁਰਸਾਹਿਬ ਸਾਹਿਬ ਕਰ ਰਹੇ ਨੇ। ਇਹ ਜਿਹੜਾ ਮਸਲਾ ਹੈਗਾ ਔਨ ਮੈਰਿਟ ਇੱਦਾਂ ਨਿਪਟਾਰਾ ਕੀਤਾ ਜਾਊਗਾ। ਜਿਹੜੀ ਜ਼ਮੀਨ ਦੀ ਗੱਲ ਹੈ, ਕਬਜ਼ੇ ਦੀ ਗੱਲ ਹੈ, ਇਸ ਵਿੱਚ ਜਿਹੜਾ ਹੈਗਾ ਰੈਵਨਿਊ ਡਿਪਾਰਟਮੈਂਟ ਦੇ ਅਫਸਰ, ਉਹ ਜਿਵੇਂ ਕਿ ਪਟਵਾਰੀ, ਤਹਿਸੀਲਦਾਰ ਤੋਂ ਵੀ ਰਿਪੋਰਟ ਲਿੱਤੀ ਜਾਊਗੀ। ਰੈਵਨਿਊ ਰਿਪੋਰਟ ਦੇ ਮੁਤਾਬਿਕ ਜਿਹੜੀ ਬੰਦੀ ਕਾਰਵਾਈ ਹੈ, ਉਹ ਕਾਰਵਾਈ ਜਿਹੜੀ ਹੈਗੀ ਐਸ ਪਰ ਰੂਲਸ ਉਹ ਕਾਰਵਾਈ ਕੀਤੀ ਜਾਊਗੀ। DSP ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। DSP ਗੁਰਹਰ ਸਾਹਿਬ ਜੀ ਪ੍ਰਸਤੀ ਵੈਰੀਫਾਈ ਕਰ ਰਹੇ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੈ। DSP ਗੁਰਹਰ ਸਾਹਿਬ ਵੈਰੀਫਾਈ ਕਰ